स्वागत है किसान वीरो तुहाडा यूट्यूब चैनल सदक डेयरी फार्मिंग दे विच। किसान वीरो अज दो पशु तुहानू दिखा रहे हैं, पिंड सेखा कला तहसील नू बागा पुराणा पैंदी है ते जिला मोगा समालसर तो सीधा रोड दोस्तों सेखा कला दे विच आउंदा है। घरेलू पशु वैसे वीरो ही रखते हैं दोस्तों डेयरी दे उत्ते दुध पाउण वास्ते। दो पशु विकाऊ किए, दो मझां विकाऊ कीतियां जिन्हां दे विच इक ताजी सून वाली मझ सामने तुसीं देख रहे हो ते एक दोस्तों अगे तोकड़ मझ है, थोड़ा टाइम होया सूई नूं। डिटेल इन्हां दोवां पशुआं दी बाई तों पुछदे हां, वीडियो नूं एंड तक देखियो। जिहड़े वीर नूं इह पशु पसंद आउणगे तुसीं इत्थे आ के देख के आपदी तसल्ली नाल खरीद सकदे हो। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸੀ ਵੀਰ? ਸਤਨਾਮ ਸਿੰਘ। ਸਤਨਾਮ ਸਿੰਘ, ਸਤਨਾਮ ਵੀਰ, ਵੈਸੇ ਫਿਰ ਘਰੇਲੂ ਪਸ਼ੂ ਰੱਖਦੇ ਹੋ? ਹਾਂਜੀ, ਘਰੇਲੂ ਰੱਖਦੇ। ਠੀਕ ਹੈ। ਅੱਛਾ, ਇਹ ਜਿਹੜੀ ਮੱਝ ਆਪਾਂ ਵੇਚਣੀ ਹੈ ਪਹਿਲੇ ਨੰਬਰ ਤੇ ਖੜੀ ਹੈ, ਇਹਨੇ ਸੂਆ ਕਿੰਨਵਾਂ ਸੋਹਣਾ? ਇਹ ਦੂਜੇ ਸੂਏ ਸੋਹਣੀ ਹੈ ਜੀ। ਦੂਜੇ ਸੂਏ ਸੋਹਣੀ? ਠੀਕ ਹੈ। ਘਰ ਦੀ ਹੈ ਜਾਂ ਖਰੀਦੀ ਦੀ? ਨਹੀਂ, ਖਰੀਦੀ ਸੀ ਪਹਿਲੇ ਸੂਏ। ਪਹਿਲੇ ਸੂਏ ਖਰੀਦੀ ਸੀ? ਜਦੋਂ ਖਰੀਦੀ ਸੀ ਉਦੋਂ ਕਿੰਨਾ ਕੁ ਦੁੱਧ ਸੀ ਤੇ ਕਿੰਨਵਾਂ ਸੂਆ ਸੀ? ਪਹਿਲੇ ਸੂਏ ਸੂਈ ਵੀ ਸੀ ਜੀ, ਇਹਨੂੰ ਹੋ ਗਏ ਸੀ ਸੂਈ ਨੂੰ 5-6 ਮਹੀਨੇ ਸੂਈ ਨੂੰ ਜੀ, 8 ਲੀਟਰ ਦੁੱਧ ਸੀ। 8 ਲੀਟਰ ਦੁੱਧ ਸੀ, 5-6 ਮਹੀਨੇ ਹੋ ਗਏ ਸੀ ਸੂਈ ਨੂੰ। ਇਹਦੇ ਇੱਕ ਪਲੱਸ ਦਿੱਤਾ ਨਹੀਂ ਪਹਿਲੇ? ਠੀਕ ਹੈ। ਟੀਕਾ ਆਪਾਂ ਭਰਾਇਆ ਜਾਂ? ਨਹੀਂ ਭਰਾਇਆ ਜੀ, ਆਪ ਭਰਾਇਆ। ਕਿਹੜਾ ਭਰਾਇਆ, ਕੋਈ ਹੈਗਾ ਧਿਆਨ 'ਚ? ਇੰਨਾ ਤਾਂ ਨਹੀਂ, ਮਤਲਬ ਸਰਕਾਰੀ ਹਸਪੀਟਲ 'ਚ ਭਰਾਇਆ ਜੀ। ਠੀਕ ਹੈ। ਕੀ ਇਹਦਾ ਰੇਟ ਆਪਾਂ ਕੀ ਕਰਦੇ ਹਾਂ ਜੀ? ਰੇਟ ਇਹਦਾ ਫੋਨ ਤੇ ਕਰਾ, ਮਤਲਬ ਇੱਥੇ ਹੀ ਕਰ ਲਾਂਗੇ। ਠੀਕ ਹੈ। ਕਿੰਨਾ ਕੁ ਚਿਰ ਰਹਿੰਦਾ ਸੂਨ 'ਚ? ਇਹ ਦਿਨ ਪੂਰੇ ਹੈ ਜੀ। ਦਿਨ ਪੂਰੇ? ਤਕਰੀਬਨ 'ਚ ਸੂ ਸਕਦੀ ਜਾਂ ਗੱਲ ਸੂ ਸਕਦੀ? ਠੀਕ ਹੈ। ਦੋਸਤੋ, ਦੂਜਾ ਸੂਆ ਸੋਣੀ ਹੈ। ਪਹਿਲਾ ਸੂਆ ਬਾਈ ਨੇ ਖਰੀਦੀ ਸੀ, 6 ਮਹੀਨਿਆਂ ਦੀ ਸੂਈ ਥੱਲੇ ਦੁੱਧ 10 ਕਿਲੋ 8 ਕਿਲੋ ਸੀਗਾ ਉਦੋਂ, ਤੇ ਤਾਜੀ ਨੇ 10 ਕਿਲੋ ਤੋਂ ਉੱਤੇ ਦੁੱਧ ਦਿੱਤਾ। ਖੋਲੀ ਬਈ ਨੂੰ, ਰੰਗ ਰੂਪ ਤੁਹਾਡੇ ਸਾਹਮਣੇ ਦੋਸਤੋ, ਨੀਲੀ ਰਾਵੀ ਨਸਲ ਵਾਲੇ ਕਰੈਕਟਰ ਹੈਗੇ ਆ। ਬਾਕੀ ਇੱਥੇ ਆ ਕੇ ਦੇਖ ਲਓ, ਸੂਆ ਦੂਜਾ, ਦਿਨ ਪੂਰੇ ਹੈ, ਹੋ ਸਕਦਾ ਅੱਜ ਸੂਪੇ। ਬਾਕੀ ਦੋਸਤੋ, ਪਸ਼ੂ ਦਾ ਕੋਈ ਪਤਾ ਨਹੀਂ ਲੱਗਦਾ, ਕਈ ਵਾਰ ਦਿਨ ਕੁਛ ਉੱਤੇ ਵੀ ਲੈ ਜਾਂਦਾ। ਕੱਦ ਕਾਠ ਦੋਸਤੋ ਦਰਮਿਆਨਾ ਹੈ, ਫਵਾਨਾ ਤੁਸੀਂ ਦੇਖ ਸਕਦੇ ਹੋ ਜਿੰਨਾ ਕਿਨੇ ਬਣਾਇਆ। ਬਾਕੀ ਸੂਣ ਦੇ ਬਿਲਕੁਲ ਨੇੜੇ, ਥੋੜਾ ਜਿਹਾ ਬਹਿਣੀ ਵਾਲੇ ਪਾਸੋਂ ਮਾਮੂਲੀ ਜਿਹਾ ਫਰਕ ਹਵਾਨੇ ਦਾ ਲੱਗਦਾ। ਬਾਕੀ ਜਿਹੜਾ ਵੀਰ ਖਰੀਦਣ ਵਾਸਤੇ ਆਊਗਾ, ਉਹਨੇ ਆ ਕੇ ਆਪ ਇਹਨੂੰ ਦੇਖ ਲੈਣਾ, ਤੇ ਇਹ ਲੱਗਦਾ ਦੋਸਤੋ ਵੀ ਇਹ ਥੋੜੇ ਟਾਈਮ ਬਾਅਦ ਇਹਨੇ ਸੂ ਹੀ ਪੈਣਾ। ਸੋ ਜੇ ਕੋਈ ਵੀਰ ਇਸ ਤਰ੍ਹਾਂ ਦੀ ਨੀਲੀ ਰਾਵੀ ਨਸਲ 'ਚ ਪੈਂਦੀ ਹੈ, ਇਹਨੂੰ ਖਰੀਦਣਾ ਚਾਹੁੰਦਾ, ਤਾਂ ਕਾਲ ਤੁਸੀਂ ਬਾਈ ਨੂੰ ਕਰ ਸਕਦੇ ਹੋ। ਥੋੜੇ ਬਹੁਤੇ ਟਾਈਮ 'ਚ ਦੋਸਤੋ ਇਹ ਜਿਹੜਾ ਸੂਣ ਨੂੰ ਤਿਆਰ ਹੈ, ਇਹਦਾ ਥਣ ਹਵਾਨਾ ਤੁਸੀਂ ਇੱਥੋਂ ਦੇਖ ਸਕਦੇ ਹੋ। ਬਈ ਇਹ ਮੱਝ ਇਦੋਂ ਅੱਗੇ ਜਿਹੜੀ ਆਪਣੇ ਕੋਲ ਵੇਚਣੀ ਆਪਾਂ, ਇਹਦਾ ਸੂਆ ਕਿੰਨਵਾਂ? ਚੌਥਾ ਜਾਂ ਪੰਜਵਾਂ ਹੋਊਗਾ। ਠੀਕ ਹੈ। ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ? 3.5-4 ਮਹੀਨੇ ਸੂਈ ਨੂੰ ਹੋ ਗਈ। ਠੀਕ ਹੈ ਠੀਕ ਹੈ। ਕੱਟੀ ਹੈ ਮਗਰ? ਹਾਂਜੀ। ਦੁੱਧ ਕਿੰਨਾ ਇਸ ਟਾਈਮ? ਦੁੱਧ ਇਹਦਾ 11-10 ਦੇ ਵਿੱਚ ਵਿੱਚ ਹੈ। 10 ਤੋਂ ਉੱਤੇ ਹੈ, 11 ਤੋਂ ਘੱਟ ਹੈ। ਠੀਕ ਹੈ। ਤੇ ਅੱਗੇ ਇਹਦੇ AI ਵਗੈਰਾ ਹੋ ਗਈ, ਟੀਕਾ ਭਰਾਤਾ ਕਿ ਨਹੀਂ? ਨਹੀਂ, ਇਹਦੇ ਭਰਵਾਇਆ ਤਾਂ ਹੈ ਜੀ, ਮਤਲਬ ਹਜੇ ਚੈੱਕ ਕੀਤੀ ਨਹੀਂ ਹੁੰਦੀ। ਚੈੱਕ ਚ ਨਹੀਂ? ਠੀਕ ਹੈ। ਖੋਲੀ ਇਹਨੂੰ, ਇਹਦਾ ਵੀ ਰੇਟ ਫੋਨ ਤੇ ਹੀ ਦੱਸਣਾ? ਇਹਦਾ ਫੋਨ ਤੇ ਦੱਸਾਂਗੇ। ਠੀਕ ਹੈ ਦੋਸਤੋ, 10 ਤੋਂ ਉੱਤੇ ਦੁੱਧ ਇਸ ਟਾਈਮ ਹੈਗਾ, ਪੰਜਵਾਂ ਸੂਆ ਹੋਊਗੀ, 2.5-3 ਮਹੀਨਿਆਂ ਦੀ ਸੂਈ ਹੋਊਗੀ, ਬੱਚਾ ਮਗਰ ਕੱਟੀ ਹੈ, ਉਹ ਵੀ ਤੁਹਾਨੂੰ ਦਿਖਾ ਦੂੰ। ਹਵਾਨਾ ਬਹੁਤ ਵੱਡਾ ਮੱਝ ਦਾ, ਥੋੜਾ ਜਿਹਾ ਕਿ ਇਹਨੂੰ ਹਵਾਨਾ ਵੱਧ ਰੱਖਦੀ ਹੈ, ਪਰ ਉਹ ਚੌੜਾ ਹਵਾਨਾ। ਇਹ ਕੱਟੀ ਦੋਸਤੋ ਜਿਹੜੀ ਖੜੀ ਹੈ, ਇਹਦੀ ਅਬਾ ਮੋੜ ਲੱਗ ਰਹੇ, ਇਸੇ ਮੱਝ ਦੀ ਇਹ ਕੱਟੀ ਹੈ। ਬਾਕੀ ਜਿਹੜੇ ਵੀਰ ਨੂੰ ਪਸੰਦ ਆਵੇ ਦੋਸਤੋ, ਤੋਕੜ ਮੱਝ ਹੈ, ਕਾਲ ਕਰਕੇ ਰੇਟ ਤੁਸੀਂ ਬਾਈ ਤੋਂ ਕਨਫਰਮ ਕਰ ਲਿਓ। ਬਾਕੀ ਪਸੰਦ ਜਿਹੜਾ ਸਾਹਮਣੇ ਆ ਕੇ ਪਸ਼ੂ ਨੂੰ ਕਰਿਆ ਕਰੋ, ਕਿਉਂਕਿ ਵੀਡੀਓ ਸਿਰਫ ਇੱਕ ਤੁਹਾਨੂੰ ਹਿੰਟ ਮਿਲ ਜਾਂਦੇ ਆ ਕਿਹੜੇ ਏਰੀਏ 'ਚ ਪਸ਼ੂ ਵਿਕਾਊਗਾ, ਉਹਦੇ ਹਿਸਾਬ 'ਤੇ ਤੁਸੀਂ ਦੇਖ ਲਿਆ ਕਰੋ। ਹਵਾਨਾ ਥੋੜ੍ਹਾ ਜਿਹਾ ਅੱਗੇ ਨੂੰ ਆ, ਪਰ ਚੌੜਾ ਹਵਾਨਾ ਹੈ, ਅਤੇ ਦੁੱਧ ਦੋਸਤੋ ਇਸ ਟਾਈਮ ਜਿੰਨਾ ਕੁ ਚੱਲ ਰਿਹਾ ਉਹ ਤੁਹਾਨੂੰ ਬਾਈ ਨੇ ਦੱਸਤਾ। ਅਤੇ ਇੱਕ ਇਹ ਮੱਝ ਸੂਣ ਨੂੰ ਤਿਆਰ ਹੈ, ਇਹ ਵੀ ਵਿਕਾਊ ਹੈ, ਡਿਟੇਲ ਇਹਦੀ ਵੀ ਦੱਸਤੀ ਹੈ। ਕੋਈ ਵੀ ਪਸ਼ੂ ਦੋਸਤੋ ਕਿਤੋਂ ਵੀ ਖਰੀਦੋ, ਸਾਹਮਣੇ ਖੜ੍ਹ ਕੇ ਦੇਖਿਆ ਕਰੋ, ਤਸੱਲੀ ਆਪਦੀ ਕਰ ਲਿਆ ਕਰੋ, ਫਿਰ ਸੌਦਾ ਬੇਸ਼ੱਕ ਤੁਸੀਂ ਆ ਕੇ ਕਰ ਲਿਆ ਕਰੋ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।